ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਦਾ ਆਪਣੇ ਵਤਨ ਦੀ ਮਿੱਟੀ ਨਾਲ ਇੰਨਾ ਜ਼ਿਆਦਾ ਮੋਹ ਹੈ ਕਿ ਉਹ ਆਪਣੇ ਵਤਨ ਵਾਪਸ ਆ ਕੇ ਕੁਝ ਅਜਿਹਾ ਕਰ ਜਾਂਦੇ ਨੇ ਜੋ ਕਿ ਦੂਸਰਿਆਂ ਲਈ ਪ੍ਰੇਰਣਾ ਦਾ ਸਰੋਤ ਬਣ ਜਾਂਦੇ ਨੇ। ਅਜਿਹਾ ਹੀ ਕੁਝ ਕਰ ਦਿਖਾਇਆ ਵਿਦੇਸ਼ ਵਿੱਚ ਵਸਦੀ ਬੀਬੀ ਰਣਜੀਤ ਕੌਰ ਨੇ, ਜਿਸ ਨੇ ਪਿੰਡ ਮੱਲੂਪੋਤਾ ਦੇ ਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ, ਜਿਸ ਦਾ ਉਦਘਾਟਨ ਪਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ਕੀਤਾ ਗਿਆ। ਇਸ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ 330 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦਕਿ ਮੋਤੀਆ ਦੇ 45 ਮਰੀਜ਼ ਆਪਰੇਸ਼ਨ ਲਈ ਚੁਣੇ ਗਏ। ਇਸ ਤੋਂ ਇਲਾਵਾ ਬਾਕੀ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਫ੍ਰੀ ਦਿੱਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਮਲਕੀਆ ਸਿੰਘ ਰਘਬੋਤਰਾ ਅਤੇ ਕਿਰਪਾਲ ਸਿੰਘ ਬਲਾਕੀਪੁਰ ਨੇ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਤਰਜੀਹ ਦਿੰਦਾ ਹੈ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਜੋ ਇਹ ਜ਼ਰੂਰਤਮੰਦ ਮਰੀਜ਼ਾਂ ਲਈ ਕੈਂਪ ਲਗਾਇਆ ਗਿਆ ਹੈ ਉਹ ਕਾਬਲੇ ਤਾਰੀਫ ਹੈ। ਇਸ ਮੌਕੇ ਕਸ਼ਮੀਰ ਕੌਰ, ਸਰਬਜੀਤ ਸਿੰਘ, ਸਤਵੰਤ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਜ ਕਰਵਾਉਣ ਆਏ ਮਰੀਜ਼ ਅਤੇ ਪਿੰਡ ਵਾਸੀ ਮੌਜੂਦ ਸਨ। ਮੇਰੇ ਨਾਲ ਕਿਰਪਾਲ ਸਿੰਘ ਜੀ, ਕੈਂਪ ਅੱਜ ਜਿਹੜਾ ਲਾਇਆ ਗਿਆ ਨਾ ਕਿ ਮੱਲੂਪੁਰ ਤੋਂ ਬੀਬੀ ਰਣਜੀਤ ਕੌਰ ਜੀ ਆ ਬਾਹਰੋਂ ਵਿਦੇਸ਼ ਤੋਂ ਆਏ ਆ, ਉਹਨਾਂ ਦੇ ਮਨ ਦਾ ਬਲਬਲਾ ਸੀ ਵੀ ਮੈਂ ਕਿਸੇ ਦੀ ਹੈਲਪ ਕਰ ਸਕਾਂ, ਅਤੇ ਗਰੀਬ ਆਦਮੀ ਹੁੰਦਾ ਕੋਈ ਨਹੀਂ ਉਹਦੀ ਪਹੁੰਚ ਪੈਂਦੀ ਇੱਕ ਵਾਰ 10,000 ਲਾਉਣ ਦੀ, ਆਪਰੇਸ਼ਨ ਕਰਵਾਉਣ ਦੀ। ਤੋ ਉਸ ਕਰਕੇ ਉਹਨੇ ਉਪਰਾਲਾ ਕੀਤਾ ਵੀ ਜਿਹੜੇ ਲੋੜਵੰਦ ਆ ਉਹਨਾਂ ਦੀ ਹੈਲਪ ਕੀਤੀ ਜਾਵੇ, ਅੱਖਾਂ ਦਾ ਚੈੱਕ ਕੈਂਪ ਲਾਇਆ ਗਿਆ ਸੀ। ਇਹ ਕਿਨਵਾਂ ਕੈਂਪ ਹੈ? ਇਹ ਪਹਿਲਾ ਕੈਂਪ। ਆਉਣ ਵਾਲੇ ਸਮੇਂ 'ਚ ਕੀ ਤੁਸੀਂ ਇੱਦਾਂ ਦੇ ਉਪਰਾਲੇ? ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਆ ਵੀ ਹਰ ਸਾਲ ਹੀ ਲਾਇਆ ਕਰਾਂਗੇ ਕੈਂਪ। ਕੀ ਸੋਚ ਕੇ ਤੁਸੀਂ ਇਹ ਕੈਂਪ ਲਾਇਆ? ਕੀ ਤੁਹਾਡੀ ਭਾਵਨਾ ਸੀ ਜਿਹੜੀ ਲਾਇਆ? ਭਾਵਨਾ ਇਹ ਆ ਵੀ ਬੰਦਾ ਇਹ ਦੁਨੀਆ 'ਤੇ ਵਾਰ ਵਾਰ ਆਉਂਦਾ ਨਹੀਂ, ਜਨਮ ਇੱਕ ਵੀ ਮਿਲਿਆ, ਇਹ ਕਰਕੇ ਕਿਸੇ ਦੀ ਹੈਲਪ ਕੀਤੀ ਜਾਵੇ। ਸੋ ਇਨਸਾਨ ਇੱਥੇ ਲੋਕ ਬਹੁਤ ਵੱਡੇ ਵੱਡੇ ਪੈਸੇ ਵਾਲੇ ਹੈਗੇ, ਕੋਈ ਕਿਸੇ ਦੀ ਹੈਲਪ ਕਰਕੇ ਕੁਝ ਨਹੀਂ, ਅਤੇ ਮਹਾਰਾਜ ਬਾਣੀ ਕਹਿੰਦੀ ਘਾਲ ਖਾਏ ਕਿਸੇ ਹੱਥੋਂ ਦੇ, ਇਸ ਕਰਕੇ ਆਪਣਾ ਜੋ ਵੀ ਆ ਨਾ ਆਪਾਂ ਕਮਾਈ ਕਰਦੇ ਕਿਰਤਾਂ ਕਰਦੇ ਉਹਦੇ ਵਿੱਚ ਕਿਸੇ ਦੀ ਹੈਲਪ ਕੀਤੀ ਜਾਵੇ ਅਤੇ ਉਹ ਬੰਦਾ ਲੋਕ ਵੱਲੋਂ ਸਵਾਰਿਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਮੱਲੂਪੋਤਾ ਪਿੰਡ ਦੇ ਵਿੱਚ ਅੱਖਾਂ ਦਾ ਇਲਾਜ, ਚੈੱਕਅਪ ਅਤੇ ਓਪਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ ਹੈ। ਇਹ ਕੈਂਪ ਬਾਹਰੋਂ ਆਏ ਸਤਿਕਾਰ ਜੋ ਸਾਡੇ ਭੈਣ ਜੀ ਜੋ ਕਿ ਕੈਨੇਡਾ ਵਿੱਚ ਰਹਿੰਦੇ ਹਨ, ਉਹਨਾਂ ਨੇ ਆਪਣੇ ਪਿੰਡ ਵਿੱਚ ਆ ਕੇ ਇਹ ਕੈਂਪ ਲਗਵਾਇਆ ਹੈ। ਇਸ ਕੈਂਪ ਦੇ ਵਿੱਚ ਡਾਕਟਰ ਵਰਨ ਸ਼ਰਮਾ ਜਿਹੜਾ ਕਿ ਫਗਵਾੜੇ ਦੇ ਵਿੱਚ ਜਿਨ੍ਹਾਂ ਦਾ ਹਸਪਤਾਲ ਹੈ, ਉਹਨਾਂ ਵੱਲੋਂ ਆਏ ਹੋਏ ਲੋਕਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਐਨਕਾਂ ਵਾਲੇ ਐਨਕਾਂ, ਦਵਾਈਆਂ ਵਾਲੇ ਦਵਾਈਆਂ, ਔਰ ਇਸ ਤੋਂ ਇਲਾਵਾ ਉਹ ਲੋਕ ਜਿਨ੍ਹਾਂ ਦੇ ਅੱਖਾਂ ਦੇ ਓਪਰੇਸ਼ਨ ਹੋਣ ਵਾਲੇ ਹਨ, ਉਹਨਾਂ ਦੀ ਜਿਹੜੀ ਸਕਰੀਨਿੰਗ ਹੋ ਰਹੀ ਹੈ, ਔਰ ਇਹਨਾਂ ਦੇ ਕੱਲ੍ਹ ਫਗਵਾੜੇ ਦੇ ਵਿੱਚ ਉਹਨਾਂ ਦੇ ਅੱਖਾਂ ਦੇ ਓਪਰੇਸ਼ਨ ਕਰਦੇ ਜਾਣਗੇ। ਇਸ ਸੇਵਾ ਦੇ ਵਿੱਚ ਸਤਿਕਾਰ ਕਿਰਪਾਲ ਸਿੰਘ ਜੀ ਬਲਾਕੀਪੁਰ, ਔਰ ਇਸਦੇ ਨਾਲ ਨਾਲ ਹੀ ਸਾਡੇ ਸਰਦਾਰ ਜੀ ਬਣੇ ਸਾਨੀ ਤੋਂ ਉਹ ਆਪਣੇ ਨੂੰ ਸਾਰੀ ਸੇਵਾ ਨਿਭਾ ਰਹੇ ਹਨ। ਸੋ ਇਸ ਕੈਂਪ ਦੇ ਵਿੱਚ ਮੈਂ ਦੇਖ ਰਿਹਾ ਕਾਫੀ ਉਤਸ਼ਾਹ ਹੈ, ਔਰ ਉਹ ਭੈਣ ਜੀ ਜਿਨ੍ਹਾਂ ਨੇ ਇਹ ਕੈਂਪ ਆਯੋਜਿਤ ਕੀਤਾ ਹੈ ਉਹਨਾਂ ਨੂੰ ਖੁਸ਼ੀ ਲੈ ਰਹੇ ਹਨ ਔਰ ਖੁਸ਼ ਹੋ ਰਹੇ ਨੇ ਅਤੇ ਨਾਲ ਅਰਦਾਸ ਕਰ ਰਹੇ ਨੇ ਪਰਮਾਤਮਾ ਮੈਨੂੰ ਹੋਰ ਸੇਵਾ ਦਾ ਮੌਕਾ ਦੇ। ਸੋ ਇੱਕ ਵਾਰ ਫਿਰ ਸਾਰਿਆਂ ਨੂੰ ਜਿਹੜੇ ਜਿਹੜੇ ਕੈਂਪ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਫਤਿਹ ਮਨਾਉਂਦਾ। ਵਾਹਿਗੁਰੂ ਜੀ ਖਾਲਸਾ।